ਜਿੱਥੇ ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਤਾਪ ਚੱਲ ਰਹੀ ਹੈ, ਉੱਥੇ ਹੀ ਕਾਂਗਰਸ ਦੇ ਇੱਕ ਮੰਤਰੀ ਨੇ ਕੋਰੋਨਾ ਵਾਇਰਸ ਦਾ ਰਾਮਬਾਣ ਇਲਾਜ ਲੱਭ ਲਿਆ ਹੈ, ਜਿਸ ਦੀ ਜਾਣਕਾਰੀ ਉਹਨਾਂ ਰੂਪਨਗਰ ਵਿਖੇ ਮੀਡੀਆ ਨਾਲ ਰੂਬਰੂ ਹੁੰਦੇ ਦਿੱਤੀ। ਕੀ ਹੈ ਕੋਰੋਨਾ ਵਾਇਰਸ ਦਾ ਰਾਮਬਾਣ ਇਲਾਜ, ਲਓ ਤੁਸੀਂ ਵੀ ਸੁਣੋ ਕਾਂਗਰਸ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਆਪਣੀ ਸਿਹਤ ਦਾ ਧਿਆਨ ਨਾ ਵੀ ਕਰਦੇ ਹੋਏ ਹਰ ਟਾਈਮ ਲੋਕਾਂ ਦੀਆਂ ਸਮੱਸਿਆ ਜਿਹੜੀ ਇੱਕ ਆਫਤ ਪੈ ਗਈ ਹੈ ਆਪਣੇ 'ਤੇ, ਉਹਦੇ ਲਈ ਚਿੰਤਤ ਹੈ ਅਤੇ ਹਰ ਸਮੇਂ ਲੱਗੇ ਹੋਏ ਹੈ। ਜੇ ਹੁਣ ਸਾਨੂੰ ਜ਼ਿਆਦਾ ਜਿਹੜੀ ਸਮੱਸਿਆ ਆਉਣ ਵਾਲੇ ਦਿਨਾਂ 'ਚ ਆਉਣੀ ਹੈ ਉਹ ਗਰੀਬ ਲੋਕਾਂ ਦੇ ਰਾਸ਼ਨ ਦੀ ਆਉਣੀ ਹੈ, ਉਹਦਾ ਹੱਲ ਕਰ ਰਹੇ ਹਾਂ ਅਤੇ ਹਰ ਪਰਿਵਾਰ ਨੂੰ 1 ਤਰੀਕ ਨੂੰ ਅਸੀਂ ਤੋਂ ਸ਼ੁਰੂ ਕਰ ਰਹੇ ਹਾਂ 30 ਕਿਲੋ ਕਣਕ ਨਹੀਂ ਦੇਣੀ, ਅਸੀਂ ਆਟਾ ਦੇ ਰਹੇ ਹਾਂ ਉਹਨਾਂ ਨੂੰ ਅਤੇ ਨਾਲ ਦਾਲ ਦੇ ਰਹੇ ਹਾਂ ਹਰ ਇੱਕ ਬੰਦੇ ਦੀ 30 ਕਿਲੋ, ਤਾਂ ਕਿ ਉਹਦੇ ਲਗਭਗ 2-3 ਮਹੀਨੇ ਚੱਲ ਜਾਣ ਪਰਿਵਾਰ ਦੇ ਲਈ। ਇਸੇ ਤਰ੍ਹਾਂ ਜਿਹੜੇ ਲੋਕ ਨੀਲੇ ਕਾਰਡ ਦੇ ਵਿੱਚ ਨਹੀਂ ਹੈ ਲੇਕਿਨ ਝੁੰਗੀਆਂ ਵਿੱਚ ਮਜ਼ਦੂਰ ਹੈ ਰਹਿੰਦੇ ਹੈ ਜਾਂ ਮਜ਼ਦੂਰ ਪਿੰਡ ਦੇ ਵਿੱਚ ਰਹਿੰਦੇ ਹੈ, ਬਹੁਤ ਗਰੀਬ ਹੈ ਜਿਨ੍ਹਾਂ ਦਾ ਨੀਲੇ ਕਾਰਡ ਦੇ ਵਿੱਚ ਨਾਮ ਨਹੀਂ ਹੈ ਪਰ ਉਹ ਗਰੀਬ ਹੈ, ਉਹਨਾਂ ਨੂੰ ਅਸੀਂ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਦਾ ਪੈਕਟ ਬਣਾ ਕੇ ਕੱਲ੍ਹ ਤੋਂ ਦੇਣਾ ਸ਼ੁਰੂ ਕਰ ਦੇਣਾ, ਸਾਰਿਆਂ ਨੂੰ ਦਿੱਤਾ ਜਾਏਗਾ ਜਿਹੜੇ ਜਿਨ੍ਹਾਂ ਦਾ ਡੇਲੀ ਵੇਜ ਦਿਹਾੜੀਦਾਰ ਬੰਦੇ ਹੈ, ਜਿਹੜੇ ਆਟਾ ਦਾਲ ਵਾਲੇ ਹੈ ਪਿਛਲਾ ਜਿਨ੍ਹਾਂ ਦੀ ਕਣਕ ਰਹਿੰਦੀ ਹੈ 12% ਲੋਕ ਐਸੇ ਹੈ, ਉਹਨਾਂ ਨੂੰ ਅਸੀਂ ਕੱਲ੍ਹ ਤੋਂ ਹੀ ਸ਼ੁਰੂ ਕਰ ਰਹੇ ਹਾਂ, ਕਣਕ ਨੂੰ ਪਸਾ ਕੇ ਹੀ ਦੇਵਾਂਗੇ, ਉਹਨਾਂ ਦੇ ਘਰ ਪੁੱਜਦੀ ਕਰ ਦਿੱਤੀ ਜਾਏਗੀ। 1 ਤਰੀਕ ਤੋਂ ਅਸੀਂ 3 ਮਹੀਨੇ ਦੀ ਇਕੱਠੀ ਕਿਸ਼ਤ ਦੇ ਰਹੇ ਹਾਂ ਡਬਲ, ਮਤਲਬ ਇਹ ਹੈ ਕਿ ਪਹਿਲਾਂ ਨੀਲਾ ਕਾਰਡ ਵਾਲੇ ਨੂੰ 5 ਕਿਲੋ ਕਣਕ ਦਿੱਤੀ ਜਾਂਦੀ ਸੀ ਪਰ ਪਰਸਨ ਮਹੀਨੇ ਦੀ, ਹੁਣ ਅਸੀਂ ਡਬਲ ਕਰਤੀ ਹੈ ਮੁੱਖ ਮੰਤਰੀ ਜੀ ਨੇ, 10 ਕਿਲੋ ਕਣਕ ਇੱਕ ਬੰਦੇ ਨੂੰ ਪਿਸਾ ਕੇ ਜਾਂ ਚੌਲ ਜਿਹੜਾ ਕੁਛ ਉਹ ਚਾਹੁੰਦਾ ਉਹ 1 ਮਹੀਨੇ ਦੇ ਦਿੱਤੇ ਜਾਣੇ, 3 ਮਹੀਨੇ ਦਾ ਰਾਸ਼ਨ ਇਕੱਠਾ ਦੇ ਰਹੇ ਹੈ। 30 ਕਿਲੋ ਕਣਕ ਹੋਏਗੀ ਇੱਕ ਬੰਦੇ ਨੂੰ, ਇੱਕ ਮੈਂਬਰ ਨੂੰ ਘਰ ਦੇ ਨੂੰ, ਜਿੰਨੇ ਮੈਂਬਰ ਆ ਉਨੇ ਆਟਾ ਮਿਲੇਗਾ ਉਹਨਾਂ ਨੂੰ, ਨਾਲ ਉਹਨਾਂ ਨੂੰ ਦਾਲ ਵੀ ਦਿੱਤੀ ਜਾਏਗੀ, ਇਹ 1 ਤਰੀਕ ਤੋਂ ਦਿੱਤੀ ਜਾਏਗੀ। ਅਤੇ ਜਿਹੜਾ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਗਰੀਬ ਲੋਕ ਦਿਹਾੜੀਦਾਰ ਹੈ ਸਲੱਮ ਏਰੀਏ 'ਚ ਰਹਿੰਦੇ ਉਹਨਾਂ ਵਾਸਤੇ ਖਾਸ ਇੰਤਜ਼ਾਮ ਮੁੱਖ ਮੰਤਰੀ ਜੀ ਵੱਲੋਂ ਕੀਤਾ ਗਿਆ ਕਿ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਉਹਨਾਂ ਨੂੰ ਚੀਨੀ ਵੀ ਅਸੀਂ ਕੱਲ੍ਹ ਤੋਂ ਮੁਹੱਈਆ ਕਰਾ ਰਹੇ ਹੈ, ਇਹਨਾਂ ਦੇ ਪੈਕਟ ਉਹਨਾਂ ਦੇ ਘਰ ਘਰ ਪਹੁੰਚਾਏ ਜਾਣਗੇ। ਮੰਤਰੀ ਸਾਹਿਬ, ਹੈਲਥ ਸਰਵਿਸਿਜ਼ ਨੂੰ ਲੈ ਕੇ ਕੀ ਤਿਆਰੀ ਹੈ ਪੰਜਾਬ ਸਰਕਾਰ ਦੀ? ਪੰਜਾਬ ਸਰਕਾਰ ਵੱਲੋਂ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਮੁੱਖ ਮੰਤਰੀ ਜੀ ਵੱਲੋਂ ਹਸਪਤਾਲਾਂ ਦੇ ਵਿੱਚ ਹਰ ਤਰ੍ਹਾਂ ਦਾ ਇੰਤਜ਼ਾਮ ਕਰ ਲਿੱਤਾ ਗਿਆ, ਕਿਸੇ ਤਰ੍ਹਾਂ ਦੀ ਵੀ ਆਉਣ ਵਾਲੇ ਦਿਨਾਂ 'ਚ ਜੇ ਆਫਤ ਆਉਂਦੀ ਹੈ ਤਾਂ ਉਹਨੂੰ ਕੰਟਰੋਲ ਕਰਨ ਵਾਸਤੇ ਹਰ ਤਰ੍ਹਾਂ ਦੀ ਸੁਵਿਧਾ ਹਸਪਤਾਲਾਂ ਦੇ ਵਿੱਚ ਕਾਇਮ ਕਰ ਲਿੱਤੀ ਗਈ ਹੈ, ਵੱਖ ਵੱਖ ਥਾਵਾਂ 'ਤੇ ਕਮਰੇ ਤਿਆਰ ਕਰ ਲਏ ਗਏ ਹੈ, ਜੇ ਕੋਈ ਮਰੀਜ਼ ਆਉਂਦੇ ਹੈ ਤਾਂ ਉਹਨੂੰ ਰੱਖਿਆ ਜਾਣਾ। ਲੇਕਿਨ ਇਹ ਸਭ ਤੋਂ ਬਚਾਅ ਹੋ ਸਕਦਾ ਹੈ ਜੇ ਤੁਸੀਂ ਇੱਕ ਗੱਲ ਮੰਨ ਲਓ ਕਿ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਣਾ, ਤੁਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਅਤੇ ਇੱਕ ਦੂਜੇ ਦੇ ਨਾਲ ਨਹੀਂ ਮਿਲਣਾ, ਤਾਂ ਇਹ ਬਿਮਾਰੀ ਦਾ ਬਿਲਕੁਲ ਹੀ ਸੌਖਾ ਅਤੇ ਰਾਮਬਾਣ ਇਲਾਜ ਹੈ। ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਬਣੇ ਰਹੋ, ਸਰਕਾਰ ਦਾ ਸਾਥ ਦਿਓ, ਔਖਾ ਸੌਖਾ ਕੱਟ ਕੇ ਆਪਾਂ ਨੇ ਟਾਈਮ ਕੱਟਣਾ ਹੈ ਜਿਹਦੇ ਨਾਲ ਸਾਰੇ ਪੰਜਾਬ ਦਾ ਨਹੀਂ ਸਾਰੀ ਮਾਨਵਤਾ ਦਾ ਭਲਾ ਹੈ ਅਤੇ ਹਰ ਇੱਕ ਦੂਜੇ ਦਾ ਅਸੀਂ ਮਦਦ ਕਰ ਰਹੇ ਹਾਂ। ਪੰਜਾਬ ਦੇ ਵਿੱਚ ਜਿੰਨੇ ਨਵੇਂ ਮੁੰਡੇ ਡਾਕਟਰ ਬਣ ਕੇ ਆਏ ਹੈ ਜਾਂ ਉਹਨਾਂ ਨੇ MD ਕੀਤੀ ਹੈ, MBBS ਕੀਤੀ ਹੈ, ਉਹਨਾਂ ਸਾਰਿਆਂ ਦੇ ਨਾਲ ਰਾਬਤਾ ਕਰ ਲਿਆ ਗਿਆ ਹੈ। ਜਦੋਂ ਵੀ ਜ਼ਰੂਰਤ ਪੈਂਦੀ ਹੈ, ਖਾਸ ਤੌਰ 'ਤੇ ਜੇ ਤੁਸੀਂ ਰੋਪੜ ਜ਼ਿਲ੍ਹੇ ਦੇ ਕਰੋ, ਮੇਰੇ ਨਾਲ DC ਬੈਠੇ ਆ ਰੋਪੜ ਦੇ, 850 ਡਾਕਟਰ ਨੂੰ ਅਸੀਂ ਸੰਪਰਕ ਕਰ ਲਿਆ ਜਿਹੜੇ ਪ੍ਰਾਈਵੇਟ ਜਾਂ ਅਜੇ ਨਵੇਂ ਡਾਕਟਰ ਬਣ ਕੇ ਆਏ ਆ, ਜੇ ਜ਼ਰੂਰਤ ਪੈਂਦੀ ਅਸੀਂ ਉਹਨਾਂ ਸਾਰਿਆਂ ਨੂੰ ਬੁਲਾ ਲਾਂਗੇ, ਸਾਰਿਆਂ ਨੂੰ ਸਮਾਜ ਸੇਵਾ ਦੇ ਨਾਲ ਨਾਲ ਉਹਨਾਂ ਨੂੰ ਪੈਸੇ ਤਨਖਾਹ ਵੀ ਦਿੱਤੀ ਜਾਏਗੀ। ਪਸ਼ੂ ਪਾਲਕਾਂ ਨੂੰ ਬੜੀ ਦਿੱਕਤ ਆ ਰਹੀ ਜੀ, ਹਰਾ ਚਾਰਾ ਫੀਡ ਵਗੈਰਾ ਨਹੀਂ ਪਹੁੰਚ ਰਹੀ, ਉਹਦੇ ਕਰਕੇ ਪਸ਼ੂ ਪਾਲਕਾਂ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਫੀਡ ਦਾ ਪ੍ਰਬੰਧ ਰਾਜਪੁਰੇ ਲੁਧਿਆਣਾ ਜਿੱਥੇ ਜਿੱਥੇ ਫੀਡ ਬਣਦੀ ਹੈ ਅਤੇ ਜਿਹੜੇ ਏਰੀਏ ਦੇ ਵਿੱਚ ਫੈਕਟਰੀਆਂ ਹੈਗੀਆਂ ਉਹ ਖੁਲਵਾ ਦਿੱਤੀਆਂ ਗਈਆਂ, ਪਸ਼ੂ ਫੀਡ ਦਾ ਕੋਈ ਦਿੱਕਤ ਨਹੀਂ ਆਏਗੀ, ਚਾਰਾ ਕਿਤੇ ਤੋਂ ਵੀ ਤੁਸੀਂ ਖਰੀਦ ਸਕਦੇ ਹੋ, ਤੁਹਾਡੇ ਘਰ ਪਹੁੰਚ ਜਾਏਗਾ ਜਾਂ ਤੁਸੀਂ ਮੰਗਵਾ ਸਕਦੇ ਹੋ, ਚਾਰੇ ਵਾਲੇ ਨੂੰ ਕੋਈ ਰੋਕ ਨਹੀਂ ਹੈ, ਸਵੇਰੇ 9 ਵਜੇ ਤੱਕ ਤੁਹਾਡਾ ਦੋਜੀ ਨੂੰ ਕੋਈ ਰੋਕ ਨਹੀਂ ਤੁਹਾਡੇ ਘਰ ਆ ਕੇ ਦੁੱਧ ਦੇ ਸਕਦਾ, ਲੇਕਿਨ ਤੁਸੀਂ ਆਪ ਨਹੀਂ ਜਾਣਾ, ਤੁਹਾਡੀ ਨਾਲ ਦੀ ਡੈਰੀ ਵਾਲੇ ਤੁਹਾਡੇ ਘਰ ਦੁੱਧ ਦੇ ਜਾਣ, ਕਿਸੇ ਨੂੰ ਕੋਈ ਰੋਕ ਨਹੀਂ ਹੈ।
ਕਿਸਾਨਾਂ ਨੇ ਜਿਹੜੀ ਸਪਰੇਅ ਵਗੈਰਾ ਕਰਨੀ ਹੈ ਜਿਹੜੀ ਫਸਲ, ਕਿਸਾਨਾਂ ਦੇ ਸਪਰੇਅ ਵਾਸਤੇ ਅਸੀਂ ਹੁਣੇ ਇਹ ਗੱਲ ਕੀਤੀ ਹੈ ਕਿ ਵਾਰੀ ਵਾਰੀ ਉਹ ਜਾ ਕੇ ਆਪਣੇ ਖੇਤਾਂ ਦੇ ਵਿੱਚ ਸਪਰੇਅ ਕਰ ਸਕਦੇ ਹੈ, ਕਿਉਂਕਿ ਇਕੋਨਮੀ ਸੈਟਲ ਕਰ ਜਾਏਗੀ ਜੇ ਆਉਣ ਵਾਲੀ ਕਣਕ ਵੀ ਖਰਾਬ ਨਿਕਲੀ। ਪਹਿਲਾਂ ਬਰਸਾਤ ਹੋ ਰਹੀ ਹੈ, ਲੇਕਿਨ ਕਿਸਾਨ ਇਕੱਲਾ ਇਕੱਲਾ ਜਾ ਕੇ ਆਪਣੇ ਖੇਤ 'ਚ ਸਪਰੇਅ ਕਰ ਸਕਦਾ, ਕਿਸੇ ਦੇ ਨਾਲ ਸੰਪਰਕ ਨਹੀਂ ਕਰਨਾ, ਕਿਸੇ ਦੇ ਨਾਲ ਨਹੀਂ ਜਾਣਾ, ਇਕੱਲਾ ਜਾ ਕੇ ਸਪਰੇਅ ਕਰ ਸਕਦਾ। ਸਪਰੇਅ ਉਹ ਆਪਣੇ ਘਰ ਮੰਗਾ ਸਕਦਾ, ਸਪਰੇਅ ਦੀਆਂ ਦੁਕਾਨਾਂ ਨੂੰ ਉਹਦੇ ਵਾਸਤੇ ਅਸੀਂ ਪੂਰੀ ਛੂਟ ਦੇ ਦਿੱਤੀ ਹੈ ਅਤੇ ਉਹ ਘਰ ਘਰ ਜਾ ਕੇ ਸਪਰੇਅ ਦਾ ਸਮਾਨ ਲੈ ਸਕਦਾ। ਰਾਸ਼ਨ ਦੀ ਸਪਲਾਈ ਦਾ ਵਲੰਟੀਅਰ ਤਿਆਰ ਹੈ ਅਤੇ ਅਸੀਂ ਘਰੋ ਘਰੀ ਪਹੁੰਚਾ ਰਹੇ ਹਾਂ। ਹਰ ਜਿਹੜਾ ਉਸ ਏਰੀਏ ਦਾ ਕਰਿਆਨਾ ਸਟੋਰ ਵਾਲਾ ਹੈ, ਸਾਰੇ ਕਰਿਆਨਾ ਸਟੋਰ ਵਾਲਿਆਂ ਨੂੰ ਵਾਰੀ ਵਾਰੀ ਮੌਕਾ ਦੇ ਰਹੇ ਹੈ। ਰੋਜ਼ ਜਿਵੇਂ ਛੋਟਾ ਸ਼ਹਿਰ ਹੈ ਉਹਦੇ 'ਚ 5-7 ਨੂੰ ਖੋਲ੍ਹ ਰਹੇ ਹੈ, ਅਗਲੇ ਦਿਨ ਫਿਰ ਦੂਸਰਿਆਂ ਨੂੰ ਖੋਲ੍ਹਾਂਗੇ। ਹਰ ਕਰਿਆਨੇ ਵਾਲੇ ਨੂੰ ਹੀ ਮੌਕਾ ਹੈ ਕਿ ਉਹ ਆਪਣੇ ਗਾਹਕਾਂ ਨੂੰ ਘਰ ਜਿਹੜਾ ਰਾਸ਼ਨ ਪਹੁੰਚਾ ਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੁਛ ਪੰਜਾਬ ਦੇ ਵਿੱਚ ਜਿਹੜੇ ਰੇਹੜੀਆਂ ਵਾਲੇ ਹੈ ਜਾਂ ਘਰਾਂ ਘਰਾਂ ਜਿਹੜੀਆਂ ਸਬਜ਼ੀਆਂ ਦੇਣ ਵਾਲੇ, ਉਹ ਰੇਟ ਜ਼ਿਆਦਾ ਲਗਾ ਰਹੇ। ਸਾਰੇ ਤਹਿਸੀਲਾਂ ਦੇ ਵਿੱਚ, ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ SDM ਵੱਲੋਂ, DC ਵੱਲੋਂ ਰੇਟ ਫਿਕਸ ਕਰਕੇ ਚਿੱਠੀ ਕੱਢ ਦਿੱਤੀ ਗਈ ਹੈ। ਉਹ ਰੇਟ ਦੇਖ ਲਓ, ਵਟਸਐਪ 'ਤੇ ਪਾ ਦਿੱਤੇ ਗਏ ਹੈ। ਜਿਹੜਾ ਉਸ ਤੋਂ ਜ਼ਿਆਦਾ ਚਾਰਜ ਕਰਦਾ ਹੈ, ਤੁਸੀਂ ਤੁਰੰਤ ਮੌਕੇ ਦੇ SHO, DSP ਜਾਂ ਕਿਸੇ ਨੂੰ ਵੀ ਟੈਲੀਫੋਨ ਕਰੋ। ਜਿੰਨੀ ਪੰਜਾਬ ਦੀ ਵਿਜੀਲੈਂਸ ਹੈ, ਉਹਨਾਂ ਨੂੰ ਪੰਜਾਬ ਪੁਲਿਸ ਦੇ ਅੰਡਰ ਕਰਕੇ ਟੋਟਲ ਚਾਰਜ ਦੇ ਦਿੱਤਾ ਗਿਆ। ਜੇ ਕੋਈ ਗਲਤ ਰੇਟ ਲਗਾਉਂਦਾ ਹੈ, ਰੇਹੜੀ ਵਾਲਾ, ਦੁਕਾਨ ਵਾਲਾ, ਕੋਈ ਬਲੈਕਮੇਲਿੰਗ ਕਰਦਾ, ਉਹਦੇ 'ਤੇ ਤੁਰੰਤ ਪਰਚਾ ਦਰਜ ਕਰਕੇ ਅੰਦਰ ਕੀਤਾ ਜਾਏਗਾ। ਅਸੀਂ ਮਾਰਕਫੈਡ ਅਤੇ ਪਨਸੈਪ ਤੋਂ ਸਾਡੇ ਪਾਸ ਅੰਨ ਦੇ ਪੂਰੇ ਭੰਡਾਰ ਆ ਗਏ ਹੈ। ਪੈਕਟਾਂ ਦੇ ਵਿੱਚ ਆਟਾ ਹੈ, ਦਾਲ ਹੈ, ਹਰ ਚੀਜ਼ ਅਵੇਲੇਬਲ ਹੈ। ਇਸ ਤੋਂ ਇਲਾਵਾ ਜਿਹੜੇ ਹੋਲਸੇਲਰ ਹੈ, ਲੁਧਿਆਣਾ, ਰਾਜਪੁਰਾ ਜਾਂ ਜਿੱਥੇ ਜਿੱਥੇ ਵੀ ਹੈ, ਉਹਨਾਂ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਕਿ ਉਹ ਪਿੰਡਾਂ ਦੀਆਂ ਅਤੇ ਸ਼ਹਿਰਾਂ ਦੀਆਂ ਦੁਕਾਨਾਂ ਤੱਕ ਰਾਸ਼ਨ ਹੈ ਜਿਹੜਾ ਹੋਲਸੇਲ ਦਾ ਪੁੱਜਦਾ ਕਰਨ। ਦੇਖੋ, ਇੱਕ ਗੱਲ ਸਮਝ ਲਓ ਕਿ ਮੁੱਖ ਮੰਤਰੀ ਜੀ ਦੀ ਇੱਕ ਸੋਚ ਹੈ ਕਿ ਕੋਈ ਮੇਰੇ ਪੰਜਾਬ ਦੇ ਵਿੱਚ ਭੁੱਖਾ ਨਾ ਸੌਵੇ। ਉਹ ਅਸੀਂ ਕਿਸੇ ਨੂੰ ਭੁੱਖਾ ਸੌਣ ਨਹੀਂ ਦੇਣਾ, ਇਹ ਸਾਡੀ ਗਰੰਟੀ ਹੈ। ਸਰਕਾਰ ਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ, ਕੋਈ ਪੰਜਾਬ ਦੇ ਵਿੱਚ ਭੁੱਖਾ ਨਹੀਂ ਸੌਏਗਾ ਅਤੇ ਹਰ ਗੱਲ ਨੂੰ, ਹਰ ਬੰਦੇ ਨੂੰ ਹਰ ਸੁਵਿਧਾ ਮਿਲੇਗੀ। ਪੋਲਟਰੀ ਫਾਰਮਾਂ ਵਾਸਤੇ ਫੀਡ ਦੀ ਖੋਲ੍ਹ ਦਿੱਤੀ ਹੈ। ਇਹ ਕਿਸੇ ਪੋਲਟਰੀ ਫਾਰਮ ਵਾਲੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡੇ SDM ਨੂੰ ਜਾਂ ਹੈਲਪਲਾਈਨ 'ਤੇ ਟੈਲੀਫੋਨ ਕਰੇ। ਸੰਨੀ ਸਾਹਿਬ, ਲਾਸਟ ਸਵਾਲ ਹੈ, ਜਿਹੜੇ ਹੁਣ ਬੰਦੀਆਂ ਨੂੰ ਛੱਡਣ ਦੀ ਗੱਲ ਹੋ ਰਹੀ ਹੈ, ਉਹਦੇ ਬਾਰੇ ਤੁਸੀਂ ਕੀ ਕਹੋ? ਉਹ ਪੰਜਾਬ ਸਰਕਾਰ ਨੇ, ਮੁੱਖ ਮੰਤਰੀ ਜੀ ਨੇ ਅਤੇ ਸਾਡੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਜਿਹੜੇ ਛੋਟੇ ਕ੍ਰਾਈਮ, ਛੋਟੇ ਜਿਨ੍ਹਾਂ ਨੇ ਜੁਰਮ ਕੀਤੇ ਹੋਏ ਆ, ਉਹਨਾਂ ਨੂੰ ਛੱਡਿਆ ਜਾਣਾ ਅਤੇ ਉਮੀਦ ਹੈ 1-2 ਦਿਨਾਂ ਛੱਡ ਦਿੱਤਾ ਜਾਏਗਾ। ਸਵਾਲ ਰਹਿ ਗਿਆ ਵੀ, ਪਰ ਜਿਹੜੇ ਪਸ਼ੂ ਨੇ, ਅਵਾਰਾ ਨੇ ਖਾਸ ਕਰਕੇ, ਉਹਨਾਂ ਨੂੰ ਖਾਣ ਤੱਕ ਜੇਕਰ ਲੋਕਾਂ ਨੂੰ ਨਹੀਂ ਪਹੁੰਚ ਰਿਹਾ ਤਾਂ ਉਹਨਾਂ ਦੀ ਬੜੀ ਵੱਡੀ ਖੁੰਖਾਰ ਨਾ ਹੋ ਜਾਣ ਕਿਤੇ? ਹੁਣ ਤਾਂ ਇਹ ਹੋ ਗਿਆ ਕਿ ਜਿਹੜੇ ਬਾਹਰ ਇੱਕ ਚੁਟਕਲਾ ਜਿਹਾ ਹੋ ਗਿਆ ਕਿ ਜੀ ਬਾਹਰ ਜਿਹੜੇ ਡੰਗਰ ਫਿਰਦੇ ਆ ਉਹ ਗੱਲਾਂ ਕਰਦੇ ਆਪਸ ਦੇ ਵਿਚਾਰ ਕੁੱਤੇ, ਕਿ ਜੀ ਇਹ ਲੋਕਾਂ ਨੂੰ ਪਤਾ ਨਹੀਂ ਮਿਊਂਸੀਪਲ ਕਮੇਟੀ ਵਾਲੇ ਫੜ ਕੇ ਲੈ ਗਏ, ਕੋਈ ਦਿਖਦਾ ਹੀ ਨਹੀਂ। ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਗਰੀਬਾਂ ਦੀ ਮਦਦ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਹੁਣ ਦੇਖਣਾ ਹੋਵੇਗਾ ਕਿ ਜੋ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਗਰੀਬਾਂ ਦੇ ਖਾਣ ਪੀਣ ਦੇ ਲਈ ਪ੍ਰਬੰਧ ਕੀਤੇ ਗਏ ਨੇ, ਉਹ ਕਿੰਨੇ ਕੁ ਗਰੀਬਾਂ ਤੱਕ ਪਹੁੰਚਦੇ ਨੇ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ।